ਸਾਲ ਮੇਰਾ ਨਾਮ ਜਿੰਨੀ ਕੁ ਹੈ। ਅਸੀਂ ਇਹ ਖੱਡੀ ਦਾ ਕੰਮ ਚਲਾਉਂਦੇ ਹਾਂ ਜੀ। ਮੈਂ 40 ਸਾਲ ਤੋਂ ਇਹ ਕੰਮ ਕਰਦੀ ਆ ਰਹੀ ਹਾਂ। ਇਹ ਸਾਡੀ ਛੱਡ ਆ, ਆਹ ਸਾਡਾ ਊਰ ਹੈ। ਸਾਡੇ ਬਜ਼ੁਰਗ ਹੀ ਇਹੀ ਕੰਮ ਕਰਦੇ ਰਹੇ ਜੀ। ਸਾਡੇ ਕੋਲ 4 ਖੱਡੀਆਂ ਹੁੰਦੀਆਂ ਸੀਗੀਆਂ। ਚਰਖੜਿਆ ਸੋਹਣਿਆ ਤੇਰੀ ਕੱਤਣ ਵਾਲੀ ਜੀਵੇ, ਘੁੰਮ ਚਰਖੜਿਆ ਸੋਹਣਿਆ ਤੇਰੀ ਕੱਤਣ ਵਾਲੀ ਜੀਵੇ, ਪੱਤਣ ਵਾਲੀ ਜੀਵੇ, ਨੜੀਆਂ ਵੱਟਣ ਵਾਲੀ ਜੀਵੇ, ਘੁੰਮ ਚਰਖੜਿਆ ਚਰਖੜਿਆ ਘੁੰਮ ਚਰ ਓਏ ਰੱਤੀ ਤੇਰੀ ਤੇ ਢੋਲ ਮੇਰਿਆ ਲੂੰਗੀਏ, ਵੱਟ ਪਵਾਉਣੀਆਂ ਮੈਂ ਰੇਸ਼ਮ ਦੀਆਂ ਡੋਰਾਂ, ਵੇ ਕੋਈ ਆਉਂਦਾ ਆਉਂਦਾ ਅੱਖੋ ਓਲੇ ਹੋ ਗਿਆ, ਵੇ ਮੈਂ ਦੂਰ ਤੋਂ ਪਛਾਣ ਦੀਆਂ ਤੋਰਾਂ, ਚਾਨਣੀਆਂ ਰਾਤਾਂ ਵਿੱਚ ਚਰਖੇ ਦੀ ਕੂਕ ਸੀ, ਦਿਲਾਂ ਵਿੱਚ ਝੂਮਰਾਂ ਤੇ ਗਿੱਧਿਆਂ ਦੀ ਸ਼ੂਕ ਸੀ, ਉਹਨਾਂ ਹੀ ਤਰਿੰਜਣਾਂ ਨੂੰ ਦੇਵੇ ਕੋਈ ਜੋੜ ਨੀ, ਮੈਂ ਕੋਈ ਰੰਗ ਪੰਜਾਬ ਦੇਵੇ ਮੋੜਨੀ, ਮੈਂ ਕੋਈ ਰੰਗ ਲਾ ਪੰਜਾਬ ਦੇਵੇ ਮੋੜਨੀ। ਤ੍ਰਿੰਜਨ ਪੰਜਾਬ ਦੇ ਸੱਭਿਆਚਾਰ, ਵਿਰਸਾ ਅਤੇ ਕਲਾ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਉਪਰਾਲਾ ਹੈ, ਜੋ ਹੱਥੀਂ ਕੰਮ ਅਤੇ ਇਹਦੇ ਨਾਲ ਜੁੜੇ ਹੋਏ ਸੰਸਕਾਰ ਖਤਮ ਹੋ ਚੱਲੇ ਸਨ। ਅਸੀਂ ਉਹਨੂੰ ਅੱਜ ਦੇ ਸਮੇਂ ਦੇ ਸੰਕਟ ਨਾਲ ਜੋੜ ਕੇ ਸਮਾਜ ਵਿੱਚ ਇੱਕ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤ੍ਰਿੰਜਨ ਪਿੰਡਾਂ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਇੱਕ ਵੱਡੀ ਭੂਮਿਕਾ ਨਿਭਾ ਰਿਹਾ ਹੈ। ਇਸ ਰਚਨਾ ਅਤੇ ਕਲਾ ਦੇ ਕੰਮ ਵਿੱਚ ਬਹੁਤ ਸੰਭਾਵਨਾਵਾਂ ਨੇ, ਕਿਉਂਕਿ ਇਹਦੇ ਰਾਹੀਂ ਕੋਈ ਇਨਸਾਨ ਆਪਣੇ ਆਪ ਨੂੰ ਪਹਿਚਾਣ ਸਕਦਾ ਹੈ। ਇਸ ਰਚਨਾਤਮਕ ਕੰਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ ਸੰਸਾਧਨ ਅਤੇ ਸਹਿਯੋਗ ਦੀ ਜ਼ਰੂਰਤ ਹੈ, ਤਾਂ ਕਿ ਇਹਨਾਂ ਕਾਰੀਗਰਾਂ ਨੂੰ ਸਨਮਾਨ ਅਤੇ ਇੱਜ਼ਤ ਮਿਲ ਸਕੇ ਅਤੇ ਨੌਜਵਾਨ ਪੀੜ੍ਹੀ ਇਸ ਕੰਮ ਨੂੰ ਅਪਣਾਉਣ ਲਈ ਅੱਗੇ ਆਏ। ਸੋ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਦਿਲ ਖੋਲ੍ਹ ਕੇ ਇਸ ਕੰਮ ਦੇ ਲਈ ਵੱਧ ਤੋਂ ਵੱਧ ਸਹਿਯੋਗ ਕਰੋਗੇ। ਧੰਨਵਾਦ।